ਬਰੀਫ ਪੰਜਾਬ ਚੈਨਲ ਉੱਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਗੱਲ ਕਰਦੇ ਹਾਂ ਭਾਰਤੀ ਆਈਬੀ ਦੇ ਚੀਫ ਅਜੀਤ ਡਵਾਲ ਬਾਰੇ। ਅਜੀਤ ਡਵਾਲ ਨਾਲ ਜੁੜੀਆਂ ਜਾਣਕਾਰੀਆਂ ਵਾਕਿਆਤ ਬਹੁਤ ਹੀ ਰੋਂਗਟੇ ਖੜ੍ਹੇ ਕਰਨ ਵਾਲੇ ਹਨ, ਸੋ ਇਸ ਵੀਡੀਓ ਨੂੰ ਪੂਰਾ ਸੁਣਨ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ। ਅਜੀਤ ਡਵਾਲ ਦਾ ਜਨਮ 20 ਜਨਵਰੀ 1945 ਨੂੰ ਪਿੰਡ ਪੌੜੀ ਗੜਵਾਲ ਉੱਤਰਾਖੰਡ ਵਿੱਚ ਹੋਇਆ ਸੀ। ਇਹਦਾ ਪਿਤਾ ਭਾਰਤੀ ਆਰਮੀ ਵਿੱਚ ਨੌਕਰੀ ਕਰਦਾ ਸੀ। ਸਕੂਲੀ ਪੜ੍ਹਾਈ ਡਵਾਲ ਨੇ ਕਿੰਗ ਜੋਰਜੀਆ ਆਰਮੀ ਸਕੂਲ ਵਿੱਚ ਪੂਰੀ ਕੀਤੀ। ਇਸ ਤੋਂ ਬਾਅਦ ਆਗਰਾ ਯੂਨੀਵਰਸਿਟੀ ਵਿੱਚ ਐਮਏ ਇਕਨੋਮਿਕਸ ਕੀਤੀ। 2017 ਵਿੱਚ ਇਸਨੇ ਇੱਕ PhD ਆਗਰਾ ਯੂਨੀਵਰਸਿਟੀ ਤੋਂ ਕੀਤੀ ਅਤੇ 2018 ਵਿੱਚ ਇਸ ਨੂੰ ਕਮਾਊ ਯੂਨੀਵਰਸਿਟੀ ਤੋਂ ਲਿਟਰੇਚਰ ਦੀ ਡਾਕਟਰੇਟ ਪੂਰੀ ਕਰਨ 'ਤੇ PhD ਨਾਲ ਸਨਮਾਨਿਤ ਕੀਤਾ ਗਿਆ ਅਤੇ ਉਸੇ ਸਾਲ ਹੀ MT ਯੂਨੀਵਰਸਿਟੀ ਤੋਂ ਫਿਲੋਸਫੀ ਦੀ ਡਾਕਟਰੇਟ ਕੀਤੀ। ਪਿਤਾ ਆਰਮੀ ਵਿੱਚ ਹੋਣ ਕਰਕੇ ਇਹ ਬੰਦਾ ਬਹੁਤ ਹੀ ਅਨੁਸ਼ਾਸਨ ਪਸੰਦ ਹੈ। ਕਾਲਜ ਵਿੱਚ ਉਸਦੀ ਤਮੰਨਾ ਸੀ ਕਿ ਉਹ ਸਿਵਲ ਸਰਵਿਸ ਹੀ ਜੁਆਇਨ ਕਰੇਗਾ, ਜਿਸ ਦੀ ਤਿਆਰੀ ਕਰਕੇ ਉਹਨੇ IPS ਦਾ ਪੇਪਰ ਪਾਸ ਕੀਤਾ ਅਤੇ ਆਪਣੀ ਨੌਕਰੀ ਪੁਲਿਸ ਡਿਪਾਰਟਮੈਂਟ ਤੋਂ ਸ਼ੁਰੂ ਕੀਤੀ। 1968 ਦੇ ਕੇਰਲਾ ਕੇਡਰ ਵਿੱਚ IPS ਵਜੋਂ ਉਸਦੀ ਨਿਯੁਕਤੀ ਹੋਈ। ਤੇਜ਼ ਤਰਾਰ ਦਿਮਾਗ ਕਰਕੇ ਹੀ ਉਹਨਾਂ ਨੂੰ ਰਾਹ ਅਤੇ IB ਇੰਟੈਲੀਜੈਂਸ ਬਿਊਰੋ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਸਭ ਤੋਂ ਪਹਿਲਾਂ ਉਸਨੇ ਇੱਕ ਜੂਨੀਅਰ ਆਫਿਸਰ ਦੇ ਰੂਪ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਕਈ ਵੱਡੇ ਗੁਪਤ ਅਤੇ ਸਫਲ ਮਿਸ਼ਨ ਕੀਤੇ, ਜਿਨ੍ਹਾਂ ਕਰਕੇ ਉਹਨਾਂ ਦੀ ਪ੍ਰਮੋਸ਼ਨ ਹੋਈ। ਇਸ ਤੋਂ ਬਾਅਦ ਇਹਨਾਂ IAS ਦਾ ਟੈਸਟ ਕਲੀਅਰ ਕਰਕੇ ਫਿਰ 7 ਸਾਲ ਪੁਲਿਸ ਵਜੋਂ ਹੀ ਕੰਮ ਕੀਤਾ। ਖਤਰਨਾਕ ਆਪਰੇਸ਼ਨ ਕਰਨ ਕਰਕੇ ਇਹਨਾਂ ਨੂੰ ਕੀਰਤੀ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਪਹਿਲਾ ਅਵਾਰਡ ਸੀ ਜੋ ਆਰਮੀ ਤੋਂ ਇਲਾਵਾ ਕਿਸੇ ਪੁਲਿਸ ਵਾਲੇ ਨੂੰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਹਨਾਂ ਨੂੰ ਭਾਰਤੀ ਪੁਲਿਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਵੈਸੇ ਇਹ ਸਨਮਾਨ 17 ਸਾਲ ਦੀ ਨੌਕਰੀ ਪੂਰੀ ਕਰਨ 'ਤੇ ਹੀ ਪੁਲਿਸ ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਪਰ ਇਹਨਾਂ ਨੇ 6 ਸਾਲ ਦੀ ਨੌਕਰੀ ਵਿੱਚ ਹੀ ਇਸ ਨੂੰ ਹਾਸਲ ਕਰ ਲਿਆ ਸੀ। ਇਹ ਸਨਮਾਨ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਸੀ। ਅਜੀਤ ਡਵਾਲ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ IB ਦੇ ਇੰਟੈਲੀਜੈਂਸ ਏਜੰਟ ਵਜੋਂ ਹੀ ਗੁਜ਼ਾਰਿਆ। ਅਜੀਤ ਡਵਾਲ ਦੀ ਇਹ ਖਾਸੀਅਤ ਸੀ ਕਿ ਇਹ ਸਾਹਮਣੇ ਖੜ੍ਹੇ ਬੰਦੇ ਦੇ ਦਿਮਾਗ ਨੂੰ ਕੁਝ ਸਕਿੰਟਾਂ ਵਿੱਚ ਹੀ ਸਮਝ ਜਾਂਦਾ ਸੀ। ਕਹਿੰਦੇ ਹਨ ਕਿ ਬਹੁਤ ਵਾਰ ਅਜਿਹਾ ਹੋਇਆ ਕਿ ਦੁਸ਼ਮਣਾਂ ਦੇ ਦਿਮਾਗ ਨੂੰ ਇਹ ਆਪਣੇ ਦਿਮਾਗ ਦੇ ਹਿਸਾਬ ਨਾਲ ਚਲਾਉਂਦਾ ਹੁੰਦਾ ਸੀ। ਇਸ ਬੰਦੇ ਦੇ ਬਹੁਤ ਘੱਟ ਦੋਸਤ ਮਿੱਤਰ ਹਨ। ਇਸ ਦੇ ਪਰਿਵਾਰ ਵਾਲਿਆਂ ਨੂੰ ਵੀ ਇਹ ਗੱਲ ਪਤਾ ਨਹੀਂ ਹੁੰਦੀ ਕਿ ਉਹ ਕਿੱਥੇ ਜਾ ਰਿਹਾ ਹੈ ਅਤੇ ਕਿੱਥੋਂ ਆ ਰਿਹਾ ਹੈ। ਅਜੀਤ ਡਵਾਲ ਨੇ ਆਪਣੀ ਜ਼ਿੰਦਗੀ ਨੂੰ ਅੰਡਰਕਵਰ ਹੀ ਰੱਖਿਆ, ਇਸੇ ਕਰਕੇ ਇਸ ਬੰਦੇ ਨੂੰ ਭਾਰਤ ਦਾ ਜੇਮਸ ਬੌਂਡ ਵੀ ਕਿਹਾ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਇਸ ਦੁਆਰਾ ਕੀਤੇ ਗਏ ਸਫਲ ਓਪਰੇਸ਼ਨਾਂ ਬਾਰੇ, ਜੋ ਕਿਸੇ ਹਾਲੀਵੁੱਡ ਦੀ ਫਿਲਮ ਦੇ ਸੀਨ ਤੋਂ ਵੀ ਉੱਤੇ ਦੇ ਹਨ ਅਤੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਦੰਦਾਂ ਥੱਲੇ ਉਂਗਲਾਂ ਦਬਾ ਲਵੋਗੇ। ਸਭ ਤੋਂ ਪਹਿਲਾਂ ਆਉਂਦਾ ਹੈ ਮਿਜ਼ੋਰਮ ਦਾ ਸ਼ਾਂਤੀ ਮਿਸ਼ਨ। 1980 ਦੇ ਵਿੱਚ ਨੌਰਥ ਅਤੇ ਈਸਟ ਮਿਜ਼ੋਰਮ ਵਿੱਚ ਖਾੜਕੂਵਾਦ ਪੂਰੇ ਸਿਖਰਾਂ ਉੱਤੇ ਸੀ, ਜਿਸ ਨੂੰ ਦੇਖ ਕੇ ਭਾਰਤ ਦੇ ਸਾਰੇ ਰਾਜ ਹੀ ਆਪਣੇ ਆਪ ਨੂੰ ਦੇਸ਼ ਬਣਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਸਨ। ਉੱਥੇ ਇੱਕ ਸੰਗਠਨ ਲਾਲ ਡੇਗਾ ਨਾਮ ਦਾ, ਜਿਸ ਉੱਪਰ ਆਪਾਂ ਚੈਨਲ ਉੱਤੇ ਇੱਕ ਪੂਰੀ ਵੀਡੀਓ ਬਣਾਈ ਹੋਈ ਹੈ, ਇਹ ਸੰਗਠਨ ਮਿਜ਼ੋਰਮ ਨੂੰ ਭਾਰਤ ਤੋਂ ਆਜ਼ਾਦ ਕਰਾਉਣ ਲਈ ਉੱਥੇ ਵੱਖਰੀ ਸਰਕਾਰ ਚਲਾ ਰਿਹਾ ਸੀ। ਉਸ ਸਮੇਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ। ਲਾਲ ਡੇਂਗਾ ਸੰਗਠਨ ਨੇ ਸਾਰੇ ਸਰਕਾਰੀ ਦਫ਼ਤਰਾਂ ਉੱਪਰ ਕਬਜ਼ਾ ਕਰਕੇ ਆਪਣੇ ਬੰਦਿਆਂ ਨੂੰ ਉੱਥੇ ਕੰਮਕਾਜ ਵਾਸਤੇ ਬਿਠਾ ਦਿੱਤਾ ਸੀ। ਇੰਦਰਾ ਗਾਂਧੀ ਉਦੋਂ ਇੱਕ ਐਮਰਜੈਂਸੀ ਬੈਠਕ ਬੁਲਾਉਂਦੀ ਹੈ ਕਿ ਇਸ ਸੰਗਠਨ ਨੂੰ ਕੌਣ ਠੱਲ ਪਾਵੇਗਾ, ਤਾਂ ਉੱਥੇ ਪੂਰੀ ਮੀਟਿੰਗ ਵਿੱਚੋਂ ਇਕੱਲਾ ਅਜੀਤ ਡਵਾਲ ਹੀ ਉੱਠ ਕੇ ਬੋਲਿਆ ਕਿ ਮੈਂ ਮਿਜ਼ੋਰਮ ਜਾਵਾਂਗਾ। ਉਸ ਸਮੇਂ ਅਜੀਤ ਡਵਾਲ ਆਪਣੇ ਨਵੇਂ ਵਿਆਹ ਕਾਰਨ ਹਨੀਮੂਨ ਬਣਾ ਕੇ ਵਾਪਸ ਆਇਆ ਸੀ, ਜਿਸ ਕਰਕੇ ਮੀਟਿੰਗ ਵਿੱਚ ਬੈਠੇ ਉਸਦੇ ਸਾਥੀਆਂ ਵੱਲੋਂ ਉਸ ਨੂੰ ਸਮਝਾਉਣ ਲੱਗੇ ਕਿ ਤੂੰ ਰਹਿਣ ਦੇ, ਪਰ ਅਜੀਤ ਡਵਾਲ ਮਿਜ਼ੋਰਮ ਜਾਣ ਦੀ ਆਪਣੀ ਜੇਦ ਉੱਤੇ ਅੜ ਗਿਆ। ਅਜੀਤ ਡਵਾਲ ਨੇ ਮਿਜ਼ੋਰਮ ਜਾ ਕੇ ਜਦੋਂ ਲਾਲ ਡੇਂਗਾ ਬਾਰੇ ਪੁੱਛ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਲਾਲ ਡੇਂਗਾ ਦੀ ਸਾਰੀ ਤਾਕਤ ਉਸਦੇ 7 ਕਮਾਂਡੋ ਹੀ ਹਨ, ਜਿਨ੍ਹਾਂ ਦੇ ਹੱਥ ਪੂਰੀ ਵਾਂਗਡੋਰ ਸੀ। ਅਜੀਤ ਡਵਾਲ ਦੀ ਇਹ ਖਾਸੀਅਤ ਸੀ ਕਿ ਉਹ ਦੁਸ਼ਮਣਾਂ ਦੇ ਸੰਗਠਨ ਵਿੱਚ ਦਾਖਲ ਹੋ ਕੇ ਉਹਨਾਂ ਦੀ ਜਾਣਕਾਰੀ ਹਾਸਲ ਕਰ ਲੈਂਦਾ ਸੀ। ਇਸ ਨੇ ਉਹਨਾਂ 7 ਕਮਾਂਡੋ ਨਾਲ ਦੋਸਤੀ ਕਰਕੇ ਉਹਨਾਂ ਦੇ ਪੂਰੇ ਪਲੈਨ ਬਾਰੇ ਜਾਣਕਾਰੀ ਇਕੱਠੀ ਕਰ ਲਈ ਅਤੇ ਸਾਰੇ ਕਮਾਂਡੋ ਨੂੰ ਭਾਰਤ ਨਾਲ ਰਹਿਣ ਦੇ ਫਾਇਦੇ ਗਿਣਾਏ, ਜਿਸ ਨੂੰ ਸੁਣ ਕੇ ਹੌਲੀ ਹੌਲੀ ਇੱਕ ਇੱਕ ਕਰਕੇ ਕਮਾਂਡੋ ਅਜੀਤ ਡਵਾਲ ਦੇ ਪਾਲੇ ਵਿੱਚ ਰਲਦੇ ਗਏ। ਅਖੀਰ 7 ਕਮਾਂਡੋਆਂ ਵਿੱਚੋਂ 6 ਕਮਾਂਡੋ ਪੂਰੀ ਤਰ੍ਹਾਂ ਅਜੀਤ ਡਵਾਲ ਦੇ ਵੱਸ ਵਿੱਚ ਆ ਗਏ ਸਨ। ਅਜੀਤ ਡਵਾਲ ਨੇ ਲਾਲ ਡੇਂਗਾ ਨਾਲ ਮਿਲ ਕੇ ਉਸਨੂੰ ਵੀ ਲਾਲਚ ਦਿੱਤਾ ਕਿ ਮਿਜ਼ੋਰਮ ਵਿੱਚ ਚੋਣਾਂ ਕਰਵਾ ਕੇ ਤੂੰ ਮੁੱਖ ਮੰਤਰੀ ਬਣਾ ਦੇਵਾਂਗੇ। ਲਾਲ ਡੇਂਗਾ ਉਸਦੇ ਵੱਸ ਵਿੱਚ ਆ ਗਿਆ ਅਤੇ ਬਾਅਦ ਵਿੱਚ ਉਸਨੂੰ ਉੱਥੋਂ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਇਸ ਤਰੀਕੇ ਨਾਲ ਭਾਰਤ ਮਿਜ਼ੋਰਮ ਤੋਂ ਵੱਖ ਹੋਣੋਂ ਬਚ ਗਿਆ ਅਤੇ ਅਜੀਤ ਡਵਾਲ ਦਾ ਮਿਸ਼ਨ ਸਫਲ ਹੋ ਗਿਆ ਸੀ।
इस मिशन तो बाद अजीत डवाल नूं सिक्किम विच भेजा गया। उस समय सिक्किम अजे भारत का हिस्सा नहीं बनिया सी। उत्थों दे राजे ने अमरीकी मूल की लड़की नाल व्याह करवा लिया। वह अमरीकी लड़की CA अमरीका की खुफिया एजेंसी की कुड़ी सी। व्याह तो बाद उसने पूरे सिक्किम नूं अपने कब्जे विच कर लिया ते वह अपना हुक्म चलाउण लगी। उधर भारत सरकार नूं इह खतरा महसूस होण लगा कि हुण सिक्किम उपर अमरीका की लगभग अद्धा कब्जा तो हो ही गया है, नाल ही चाइना का बार्डर लगता सी। चाइना भी काफ़ी कोशिशां कर रहा सी सिक्किम नूं अपने कब्जे हेठ करन दीआं। इस मिशन लई फिर अजीत डवाल नूं भेजा गया। अजीत डवाल ने सिक्किम जाके उत्थों की सियासी पार्टी कांग्रेस लीग नाल दोस्ती कर ली अते उन्हां नूं राजे दे खिलाफ भड़काउणा शुरू कर दिता। उसने आम लोगों नूं भी यह अहसास करवाया कि राजा तुहाडे उपर जुल्म ढा रहा है। डवाल दे भड़काए हुए लोगों ने भारत के हक में रेफरेंडम पास करवा दिता अते उत्थे इलैक्शन हो गए। इस तरह अजीत डवाल ने सिक्किम नूं भी भारत के हथों जाण तों रोक लिया। दोस्तों सिख ब्लैक थंडर मिशन नूं किवें भुल सकते हैं। पंजाब दे काले दौर दौरान अजीत डवाल नूं पंजाब विच भी भेजा गया सी। इत्थे आ के डवाल ने पंजाब दीआं खाड़कू जथेबंदियां विच घुसपैठ करनी सी। अपनी लिखी किताब में खुद अजीत डवाल लिखता है कि उसने दरबार साहब के आले दुआले कई दिनों तक रिश्का चलाया। वह रिश्के चार्ज वजो दरबार साहब अते पूरे अमृतसर के आले दुआले रिश्का चला के इनफॉर्मेशन इकट्ठी करके भारत सरकार नूं दिंदा सी। इस नूं एक बार सिंघां ने फड़ भी लिया सी तां इस बंदे ने बड़ी चलाकी नाल खाड़कुआं नूं कहा कि मैं तां पाकिस्तान की ISI का एजेंट हाँ, मैं तुहाडी मदद वास्ते आया हाँ, पूरा पाकिस्तान तुहाडे नाल है ते तुहाडी मदद करेगा। पर इस दौरान इसने दरबार साहब के अंदर की जानकारी भी इकट्ठी कर ली। इसने असले का पता लगाया कि खाड़कुआ कोल किन्ना असला है अते किन्ने को सिंह दरबार साहब कंपलैक्स विच मौजूद हैं। रिश्का चालक बन के अजीत डवाल दरबार साहब गया। इस बारे उसके डिपार्टमेंट नूं भी कोई खबर नहीं सी। देखो किन्ना चलाक सी ये बंदा। उदों डवाल अपने किसी भी सीनियर अफसर नूं रिपोर्ट नहीं सी करदा, सीधा सरकार नूं ही रिपोर्ट करदा सी। इसदे डिपार्टमेंट नूं तां बहुत लंबे समय बाद जाके पता चलिया सी। हुण अगला मिशन आउंदा है कूका पारे दा, जो कि बहुत खतरनाक सी अते अजीत डवाल दी इस मिशन विच बहुत वड्डी भूमिका सी। साल 1990 कश्मीर लई बहुत दर्द भरिया सी। कश्मीर में उग्रवाद उदों जोरां ते सी अते उदों तां मशहूर दहशतगर्द यूसुफ मुहम्मद पारे, जिसनूं कूका पारे भी कहा जांदा सी, उत्थों भी अजीत डवाल नूं भेजा गया अते इसने बड़े थोड़े समय में ही कूका पारे नूं अपने बस में कर लिया। इत्थे भी अजीत डवाल ने उही फार्मूला वरत्या अते पारे नूं कहा कि तैनू पाकिस्तान सिर्फ वरत रहा है अते जे तू चाहवें तां तेरे सारे केस बंद करके चोणां करा के तैनू मंत्री बना देवांगे, जिसनों मन के कूका पारे ने 1995 सरेंडर कर दिता सी। पर जदों पाकिस्तान नूं इस बारे पता लगा तो उसने कूका पारे का कतल करवा दिता सी। अपनी किताब में डवाल खुद लिखता है कि वह पाकिस्तान में पूरे 7 साल अंडरकवर एजेंट बन के रहा। उत्थे वह एक मस्जिद का मौल भी बन के रहा तां जो किसी नूं शक ना हो सके। नाल ही उस समय उसने पाकिस्तान की एम्बैसी में नौकरी भी हासिल कर रही सी। यह भेस बदलने विच बहुत माहिर है ते इत्थों जानकारी इकट्ठी करता रहा। पाकिस्तान जाण तों पहला उन्हें उर्दू सीखी अते उत्थों दे पहरावे कल्चर बारे जाणिया। उदू बाद विच गया 1999 विच जदों पाकिस्तान दे अतवादियों ने भारत का जहाज़ अगवा कर लिया सी तां उस समय भी अजीत डवाल ही जिहड़ा उसनूं छड़ा के लैके आया सी। उस समय पहला उरी हमले की कार्रवाई भी इसकी अगवाई विच होई सी, जिस उपर बॉलीवुड की एक उरी फिल्म भी बनी हुई है। अजीत डवाल दे अजिहे बहुत कारनामे हैं जिन्हां नूं किसी अगली वीडियो विच शेयर करांगे। सो इस तरह दीआं होर वीडियो देखण लई पेज नूं फॉलो अते शेयर जरूर करो। धन्नवाद।